हमारे न्यूज़ चैनल को सब्सक्राइब करें और अपने शहर की लेटेस्ट न्यूज़ वीडियोस देखने के लिए साथ में लगे घंटी वाले बटन को दबाएं। ਇਮਾਨਦਾਰੀ ਅਤੇ ਸੱਚਾ ਬਣਜ ਅੱਜ ਵੀ ਜਿੰਦਾ ਹੈ। ਚਾਹੇ ਕੋਈ ਵੀ ਕਾਰੋਬਾਰ ਕਰਦੇ ਹੋਣ, ਉਹਨਾਂ ਲਈ ਕੁਝ ਲੋਕ ਜ਼ਿਆਦਾ ਮੁਨਾਫਾ ਕਮਾਉਣ ਲਈ ਤਿਉਹਾਰਾਂ ਦੇ ਦਿਨਾਂ 'ਚ ਕਾਨੂੰਨ ਨੂੰ ਛਿੱਕੇ ਟੰਗ ਕੇ ਬਿਨਾਂ ਕਿਸੇ ਭੈ ਤੋਂ ਦੁੱਧ 'ਚ ਜ਼ਹਿਰੀਲਾ ਕੈਮੀਕਲ ਪਾ ਕੇ ਨਕਲੀ ਖੋਇਆ ਤਿਆਰ ਕਰਦੇ ਹਨ ਅਤੇ ਲੋਕਾਂ ਨੂੰ ਮਿਠਾਈ ਵੇਚ ਕੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹਨ। ਐਨਕਾਊਂਟਰ ਦੀ ਟੀਮ ਨੂੰ ਸਰਚ ਆਪਰੇਸ਼ਨ ਦੌਰਾਨ ਇੱਕ ਇਮਾਨਦਾਰੀ ਦੀ ਮਿਸਾਲ ਮਿਲੀ। ਐਨਕਾਊਂਟਰ ਲਈ ਬਰਨਾਲਾ ਤੋਂ ਕੈਮਰਾਮੈਨ ਕਿਸ਼ਨ ਸੰਘੇੜਾ ਦੇ ਨਾਲ ਅਮਨਦੀਪ ਸਿੰਘ ਦੀ ਰਿਪੋਰਟ। ਅੱਜ ਅਸੀਂ ਐਨਕਾਊਂਟਰ ਟੀਮ ਵੱਲੋਂ ਸਿੱਧੂ ਡੈਰੀ ਮਿਲਕ ਡੈਰੀ ਦੇ ਵਿੱਚ ਖੜ੍ਹੇ ਹਾਂ ਜੀ। ਆਓ ਸਾਨੂੰ ਇਹਨਾਂ ਬਾਰੇ ਇੱਕ ਚਾਨਣਾ ਪਾਈਏ ਕਿ ਸਿੱਧੂ ਇੱਕ ਡੈਰੀ ਆ ਜਿਹੜੀ ਗੁਰਨਿਦਾਨ ਸਿੰਘ ਜੀ ਇਹਨਾਂ ਦੇ ਮਾਲਕ ਨੇ ਜੀ, ਗੁਰਸਿੱਖ ਪਰਿਵਾਰ ਆ ਜੀ। ਇਹਨਾਂ ਨੂੰ ਅਸੀਂ ਆ ਕੇ ਪੁੱਛਿਆ ਵੀ ਇੰਨਾ ਦੁੱਧ ਆ ਰਿਹਾ ਤੁਹਾਡੇ ਕੋਲ ਵੀ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ, ਜਿਹੜੇ ਖਾਣਾ ਅਫਵਾਹਾਂ ਉੱਡ ਰਹੀਆਂ ਨੇ ਕਿ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਆ, ਅਤੇ ਆ ਜਾਓ ਹੁਣ ਤੁਹਾਨੂੰ ਉਹਨਾਂ ਨਾਲ ਮੁਲਾਕਾਤ ਕਰਾਉਣੀ ਜੀ। ਗੁਰਨਿਦਾਨ ਸਿੰਘ ਸਰਦਾਰ ਜੀ, ਅੱਜ ਤੁਹਾਡੇ ਕੋਲ ਅਸੀਂ ਆਏ ਹਾਂ, ਸਿੱਧੂ ਡੈਰੀ ਦੇ ਮਾਲਕ ਹੋ ਤੁਸੀਂ, ਅਤੇ ਅਸੀਂ ਕੁਛ ਕੁ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੀ ਅੱਜ ਕੱਲ੍ਹ ਅਫਵਾਹਾਂ ਉੱਡ ਰਹੀਆਂ ਨੇ ਸ਼ਹਿਰ ਦੇ ਵਿੱਚ ਵੀ ਦੁੱਧ ਡੁਪਲੀਕੇਟ ਬਣ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਜਿਹੜੇ ਡੁਪਲੀਕੇਟ ਬਣਾਉਂਦੇ ਨੇ ਨਹੀਂ ਬਣਾਉਣਾ ਚਾਹੀਦਾ। ਬਾਕੀ ਜੇ ਕੋਈ ਖਰੀਦ ਕਰਦਾ ਤਾਂ ਉਹਦਾ ਚੈੱਕ ਕਰਕੇ ਨਹੀਂ ਕਰਕੇ ਲੈਣਾ ਚਾਹੀਦਾ। ਵਧੀਆ ਮਨਪਸੰਦੀ ਡੈਰੀਆਂ ਬਹੁਤ ਨੇਗੀਆਂ, ਵੈਸੇ ਸਾਰੇ ਵੈਸੇ ਮਾੜੇ ਵੀ ਨਹੀਂ, ਇੱਕ ਦੋ ਬੰਦੇ ਮਾੜੇ ਹੁੰਦੇ ਨੇ, ਖਰਾਬ ਕਰ ਦਿੰਦੇ ਨੇ। ਉਹਨਾਂ ਨੂੰ ਆਪਾਂ ਬੇਨਤੀ ਕਰਦਾ ਵੀ ਨਾ ਕਰ। ਮਿਠਾਈ ਵਾਲੀ ਦੁਕਾਨ 'ਤੇ ਪਹੁੰਚੇ ਸੀਗੀ ਜੀ, ਜਦੋਂ ਅਸੀਂ ਪੁੱਛਿਆ ਵੀ ਉੱਥੇ ਜਿਹੜਾ ਮਿਠਾਈਆਂ ਦੇ ਵਿੱਚ ਬਿਲਕੁਲ ਰੰਗ ਨਹੀਂ ਸੀ ਕੋਈ ਹੈਗਾ, ਤਾਂ ਉਹਨਾਂ ਨੇ ਪੁੱਛਿਆ ਸਰਦਾਰ ਜੀ ਕਹਿੰਦੇ ਕਹਿ ਕੇ ਗਏ ਨੇ ਜਿਹੜੇ ਉੱਥੇ ਮੁੰਡੇ ਬੈਠੇ ਸੀਗੇ ਤੁਹਾਡੇ, ਕਿ ਬਿਲਕੁਲ ਮਿਠਾਈ ਦੇ ਵਿੱਚ ਰੰਗ ਨਹੀਂ ਪਾਉਣਾ, ਅਤੇ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ? ਜੇ ਇਹ ਰੰਗ ਪਾਉਂਦੇ ਨੇ ਜੀ, ਪਹਿਲੇ ਵਾਰੀ ਵੀ ਨਹੀਂ ਪਾਉਂਦੇ, ਹੁਣ ਵੀ ਨਹੀਂ ਪਾਉਂਦੇ, ਰੰਗਾਂ ਦੇ ਨੁਕਸਾਨ ਵੀ ਨੇ। ਜੇ ਕੋਈ ਰੰਗ ਪਾਉਂਦਾ ਇਹ ਵੀ ਇੱਕ ਅੰਗ ਨਾ ਪਾਉਣ ਲੋਕ, ਜੇ ਕੋਈ ਜਿਹੜੇ ਮਿਠਾਈ ਹਲਵਾਈ ਬਣਾਉਂਦੇ ਨੇ ਨਹੀਂ ਪਾਉਣਾ ਚਾਹੀਦਾ, ਕੰਮ ਸਾਫ਼ ਸੁਥਰਾ ਕਰਦੇ ਜੀ, ਕੱਪ ਤੋਂ ਡਰਦੀ। ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਜੀ ਸ਼ਹਿਰ ਵਾਸੀਆਂ ਨੂੰ? ਸ਼ਹਿਰ ਵਾਸੀਆਂ ਨੂੰ ਇਹ ਕਹਾਂਗੇ ਜੀ, ਪਹਿਲਾਂ ਤਾਂ ਦੁਕਾਨਦਾਰਾਂ ਨੂੰ ਕਹਾਂਗੇ ਸ਼ੁੱਧ ਚੀਜ਼ ਲੈਣ, ਸ਼ੁੱਧ ਚੀਜ਼ ਦੇਣ। ਬਾਕੀ ਜਿਹੜੇ ਗਾਹਕ ਨੇ ਜਾਂ ਲੋਕ ਨੇ ਉਹਨਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਵੀ ਰੰਗ ਵਾਲੀ ਚੀਜ਼ ਨਾ ਲੈਣ। ਜੇ ਕੋਈ ਉਹ ਕਸਟਮਰ ਕੋਈ ਰੰਗ ਵਾਲੀ ਚੀਜ਼ ਦੇਖਦਾ ਅਤੇ ਕਿਹਨਾਂ ਨੂੰ ਮੈਸੇਜ ਲਾਉਣ ਜੀ? ਇਹ ਉਹ ਪ੍ਰਸ਼ਾਸਨ ਨੂੰ ਮੈਸੇਜ ਲਾ ਸਕਦੇ ਨੇ ਜਾਂ ਜਿੱਥੇ ਵੀ ਕੋਈ ਉਹਨਾਂ ਦਾ ਕਸਟਮਰ ਹੋਵੇ, ਉਹਨਾਂ ਨੂੰ ਤਾਂ ਸਮਝ ਆਉਂਦੀ ਹੈ ਗੱਲ, ਰੰਗ ਵਾਲੀ ਚੀਜ਼ ਨਾ ਲੈਣ ਦੀ ਤਾਂ ਬੇਨਤੀ ਹੈ। ਬਾਕੀ ਅਗਰ ਮੇਰੀ ਹਲਵਾਈ ਵਧਾਵਾਂ ਨੂੰ ਬੇਨਤੀ ਹੈ ਵੀ ਨਾ ਬਣਾਉਣ ਰੰਗ ਵਾਲੀ ਚੀਜ਼। ਐਨਕਾਊਂਟਰ ਬਰਨਾਲਾ ਤੋਂ ਰਿਪੋਰਟਰ ਅਮਨਦੀਪ ਸਿੰਘ ਦੇ ਨਾਲ ਕੈਮਰਾਮੈਨ ਕ੍ਰਿਸ਼ਨ ਸਿੰਘ ਸੰਘੇੜਾ।